प्यारे विद्यार्थीयो सत श्री अकाल सो आज दीस वीडियो रे विच असि कंप्यूटर साइंस جماعت 6वीं दे पार्ट 8 आत, ਅਤੇ आत पार्ट 9 दी ਦੁਹराई ਲੈ ਕੇ ਆਏ ਹੋਏ ਆ। सो आओ असि ਹੁਣ ਇਸ ਪਾਰਟ ਦੁਹਾਈ ਸ਼ੁਰੂ ਕਰਦੇ ਆ। सो पार्ट 8 दी ਦੁਹਾਈ ਦੇ ਵਿੱਚ ਸਭ ਤੋਂ ਪਹਿਲਾ ਸਾਡੇ ਕੋਲ ਖਾਲੀ ਥਾਂਵਾਂ ਭਰੋ। ਸਾਡੇ ਕੋਲ ਪਹਿਲੀ ਖਾਲੀ ਥਾਂ ਹੈ ਮੋਨੀਟਰ ਸੌਫਟ ਅਤੇ ਡੈਸ਼ ਹਾਰਡ ਕਾਪੀ ਹਾਰਡ ਆਉਟਪੁੱਟ ਯੰਤਰ ਹੁੰਦੇ ਹਨ। ਇਸ ਦੇ ਆਪਸ਼ਨਲ ਇੱਕ ਪ੍ਰਿੰਟਰ, ਪਲੋਟਰ ਦੋਵੇਂ ਨਹੀਂ ਜਾਂ ਕੋਈ ਵੀ ਨਹੀਂ। ਸਾਡੇ ਕੋਲ ਸਹੀ ਉੱਤਰ ਹੈ ਮੋਨਿਟਰ ਸਾਫਟ ਅਤੇ ਪ੍ਰਿੰਟਰ ਹਾਰਡ ਆਉਟਪੁੱਟ ਹੇੰਦਰ ਹੁੰਦੇ ਹਨ ਦੂਸਰੀ ਖਾਲੀ ਥਾਂ ਦੀ ਵਰਤੋਂ ਕੰਪਿਊਟਰ ਤੇ ਗਾਣੇ ਸੁਣਨ ਲਈ ਕੀਤੀ ਜਾਂਦੀ ਹੈ ਵਰਟਕਲ ਜੋ ਆਪਸ਼ਨ ਹੈ ਮਾਈਕ ਸਪੀਕਰ ਪ੍ਰਿੰਟਰ ਜਾਂ ਮਾਊਸ ਸਾਡੇ ਕੋਲ ਦਾ ਸਹੀ ਉੱਤਰ ਹੈ ਸਪੀਕਰ ਦੀ ਵਰਤੋਂ ਕੰਪਿਊਟਰ ਤੇ ਗਾਣੇ ਸੁਣਨ ਲਈ ਕੀਤੀ ਜਾਂਦੀ ਹੈ ਤੀਸਰੀ ਖਾਲੀ ਥਾਂ ਪ੍ਰਿੰਟਰ ਕਿਸੇ ਚੀਜ਼ ਨੂੰ ਬਿੰਦੂਆਂ ਦੇ ਜਾਂ ਬਿੰਦੀਆਂ ਦੇ ਮੇਲ ਦੇ ਨਾਲ ਛਾਪਦੇ ਹਨ ਸਾਡੇ ਕੋਲ ਜਿਹੜੇ ਆਪਸ਼ਨ ਨੇ ਡਾਟ ਮੈਟ੍ਰਿਕਸ ਇਨਕਜੈਟ ਲੇਜ਼ਰ ਜਾਂ ਕੋਈ ਵੀ ਨਹੀਂ ਸਾਡੇ ਕੋਲ ਸਹੀ ਉੱਤਰ ਹੈ ਡਾਟ ਮੈਟ੍ਰਿਕ ਪ੍ਰਿੰਟਰ ਕਿਸੇ ਚੀਜ਼ ਨੂੰ ਬਿੰਦੀਆਂ ਦੇ ਮੇਲ ਦੇ ਨਾਲ ਛਾਪਦੇ ਹਨ ਅੱਗੇ ਸਾਡੇ ਕੋਲ ਚੌਥੀ ਖੜਤ ਆਇਆ ਹੈ ਮੋਨੀਟਰ ਡੈਸ਼ ਤਰ੍ਹਾਂ ਦੇ ਹੁੰਦੇ ਹਨ ਸਾਡੇ ਕੋਲ ਜਿਹੜੇ ਆਪਸ਼ਨ ਨੇ 2 3 4 ਜਾਂ 5 ਸਾਡੇ ਕੋਲ ਸਹੀ ਉੱਤਰ ਹੈ ਮੋਨੀਟਰ ਦੋ ਤਰ੍ਹਾਂ ਦੇ ਹੁੰਦੇ ਹਨ ਪੰਜਵੀਂ ਖੜਤ ਆਇਆ ਹੈ ਡੈਸ਼ ਆਉਟਪੁੱਟ ਨੂੰ ਕਾਗਜ਼ ਉੱਤੇ ਛਾਪਦੇ ਹਨ ਸਾਡੇ ਕੋਲ ਦੇ অপਸ਼ਨ ਹੈ printer speaker mouse ਜਾਂ keyboard ਸੋ ਸਾਡੇ ਕੋਲ ਦਾ ਸਹੀ ਉੱਤਰ ਹੈ printer ਆਉਟਪੁੱਟ ਨੂੰ ਕਾਗਜ਼ ਤੇ ਛਾਪਦੇ ਹਨ ਛੇਵੀਂ ਸਟਕ ਕੋ ਖਾਲੀ ਥਾਂ ਹੈ ਹੈੱਡਫੋਨ ਨੂੰ ਡੈਸ਼ ਵੀ ਕਿਹਾ ਜਾਂਦਾ ਹੈ ਤਾਂ ਸਾਡੇ ਕੋਲ ਦੇ অপਸ਼ਨ ਨੇ 이어ਫੋਨ ਆਈਫੋਨ ਕੋਈ ਵੀ ਨਹੀਂ ਆ ਸਾਰੇ ਹੀ ਤਾਂ ਸਾਡੇ ਕੋਲ ਸਹੀ ਉੱਤਰ ਹੈ ਹੈੱਡਫੋਨ ਨੂੰ 이어ਫੋਨ ਵੀ ਕਿਹਾ ਜਾਂਦਾ ਹੈ ਅੱਗੇ ਸਾਡੇ ਕੋਲ ਸਹੀ ਗਲ ਦੱਸੋ ਪਹਿਲਾਂ ਸਾਡੇ ਕੋਲ ਸਹੀ ਗਲ ਤਾਂ ਆਉਟਪੁੱਟ ਯੰਤਰ ਕੰਪਿਊਟਰ ਤੋਂ ਸੂਚਨਾ ਪ੍ਰਾਪਤ ਕਰਦਾ ਹੈ ਸਹੀ ਦੂਸਰਾ ਇਹ ਸੀ ਕੰਪਿਊਟਰ ਤੋਂ ਗਾੜੇ ਨਹੀਂ ਸੰਖੇਜ ਸਕਦੇ ਗਲਤ ਤੀਸਰਾ ਇਹ ਪ੍ਰਿੰਟਰ ਇੱਕ ਸੌਫਟ ਆਉਟਪੁੱਟ ਯੰਤਰ ਹੈ ਗਲਤ ਚੌਥਾ ਇਹ ਪ੍ਰਿੰਟਰ ਅਤੇ ਪਲੋਟਰ ਵਿੱਚ ਕੋਈ ਫਰਕ ਨਹੀਂ ਹੁੰਦਾ ਗਲਤ ਲਾਸਟ ਹੈ ਅੱਜਕੱਲ ਬਲੈਕ ਐਂਡ ਵਾਈਟ ਮੋਨੀਟਰ ਵਰਤੇ ਜਾਂਦੇ ਹਨ ਗਲਤ ਅੱਗੇ ਸਾਡੇ ਕੋਲ ਛੋਟੇ ਉਤਰਾਲੇ ਪ੍ਰਸ਼ਨ ਪਹਿਲਾ ਇਹ ਆਉਟਪੁੱਟ ਯੰਤਰ ਦੀ ਕਿਸਮਤ ਨਾਲ ਲਿਖੋ ਆਉਟਪੁੱਟ ਯੰਤਰਾਂ ਦੀ ਕਿਸਮਾਂ ਤੇ ਹੋਈ ਸਾਡੇ ਕੋਲ ਪਹਿਲੀ ਹੈ ਮੋਨੀਟਰ ਦੂਸਰੀ ਪ੍ਰਿੰਟਰ ਤੀਸਰਾ ਸਪੀਕਰ ਚੌਥਾ ਹੈੱਡਫੋਨ ਪੰਜਵਾਂ ਪਲੋਟਰ ਛੇਵਾਂ ਪ੍ਰੋਜੈਕਟਰ ਉਸ ਤੋਂ ਬਾਅਦ ਸਾਡੇ ਕੋਲ ਦੂਸਰਾ ਆਪਰੇਸ਼ਨ ਹੈ ਮੋਨੀਟਰ ਦੀਆਂ ਕਿਸਮਾਂ ਦੇ ਨਾਮ ਲਿਖੋ ਜਿਸ ਵਿੱਚ ਸਾਡੇ ਕੋਲ ਪਹਿਲਾ ਹੈ ਮੋਨੀਟਰ ਸਾਫਟ ਆਉਟਪੁੱਟ ਯੰਤਰ ਹੈ ਇਹ ਟੈਲੀਵਿਜ਼ਨ ਤਰ੍ਹਾਂ ਦਿਸਦਾ ਹੈ ਅਤੇ ਆਉਟਪੁੱਟ ਨੂੰ ਸਕਰੀਨ ਉੱਪਰ ਦਿਖਾਉਂਦਾ ਹੈ ਸੋ ਮੋਨੀਟਰ ਦੀਆਂ ਸਾਡੇ ਕੋਲ ਦੋ ਕਿਸਮਾਂ ਹੁੰਦੀਆਂ ਜਿਸ ਵਿੱਚ ਪਹਿਲੀ ਹੈ ਸਾਡੇ ਕੋਲ ਕੈਥੋਡ ਰੇਟਿਊ ਜਿਸ ਨੂੰ ਸੀਆਰਟੀ ਕਹਿੰਦੇ ਦੂਸਰਾ ਸਾਡੇ ਕੋਲ ਫਲੈਟ ਪੈਨਲ ডিসਪਲੇ ਤੀਸਰਾ ਪ੍ਰਸ਼ਨ ਹੈ ਪ੍ਰੋਜੈਕਟਰ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ ਸੋ ਪ੍ਰੋਜੈਕਟਰ ਇੱਕ ਆਉਟਪੁੱਟ ਯੰਤਰ ਹੈ ਜਿਸ ਦੀ ਵਰਤੋਂ ਕੰਪਿਊਟਰ ਤੋਂ ਪ੍ਰਾਪਤ ਹੋਈ ਇਮੇਜ ਨੂੰ ਇੱਕ ਵੱਡੀ ਸਕਰੀਨ ਤੇ ਦਿਖਾਉਣ ਲਈ ਕੀਤੀ ਜਾਂਦੀ ਹੈ ਪ੍ਰੋਜੈਕਟਰ ਦੀ ਵਰਤੋਂ ਆਮ ਤੌਰ ਤੇ ਮੀਟਿੰਗਾਂ ਵਿੱਚ ਮਲਟੀਮੀਡੀਆ ਪ੍ਰੈਜੈਂਟੇਸ਼ਨ ਦੇਣ ਲਈ ਕੀਤੀ ਜਾਂਦੀ ਹੈ ਤਾਂ ਜੋ ਹਰ ਭਾਗ ਲੈਣ ਵਾਲੇ ਤੱਕ ਸੂਚਨਾ ਪਹੁੰਚਾਇਆ ਜਾ ਸਕੇ ਚੌਥਾ ਪ੍ਰਸ਼ਨ ਹੈ ਪ੍ਰਿੰਟਰ ਦੀਆਂ ਕਿਸਮਾਂ ਦੇ ਨਾਮ ਲਿਖੋ ਸੋ ਪ੍ਰਿੰਟਰ ਆਉਟਪੁੱਟ ਨੂੰ ਕਾਗਜ਼ 'ਤੇ ਛਾਪਦੇ ਹਨ ਅਤੇ ਇੱਕ ਹਾਰਡ ਆਉਟਪੁੱਟ ਯੰਤਰ ਹੈ ਪ੍ਰਿੰਟਰ ਦੀ ਆਉਟਪੁੱਟ ਸਥਾਈ ਤੌਰ 'ਤੇ ਹੁੰਦੀ ਹੈ ਤੇ ਪ੍ਰਿੰਟਰ ਦੀਆਂ ਤਿੰਨ ਕਿਸਮਾਂ ਹੁੰਦੀਆਂ ਹਨ ਜਿਸ ਵਿੱਚ ਪਹਿਲੀ ਹੈ ਸਾਡੇ ਕੋਲ ਡਾਟ ਮੈਟ੍ਰਿਕਸ ਪ੍ਰਿੰਟਰ ਦੂਸਰਾ ਇਨਕ ਜੈਟ ਪ੍ਰਿੰਟਰ ਤੀਸਰਾ ਲੇਜ਼ਰ ਪ੍ਰਿੰਟਰ ਉਸ ਤੋਂ ਬਾਅਦ ਪੰਜਵਾਂ ਪ੍ਰੇਸ਼ਨ ਹੈ ਪਲੋਟਰ ਤੇ ਨੋਟ ਲਿਖੋ ਪਲੋਟਰ ਦੀ ਵਰਤੋਂ ਕੰਪਿਊਟਰ ਤੋਂ ਮਿਲੀ ਕਮਾਂਡ ਦੇ ਆਧਾਰ 'ਤੇ ਕਾਗਜ਼ 'ਤੇ ਤਸਵੀਰਾਂ ਬਣਾਉਣ ਲਈ ਕੀਤੀ ਜਾਂਦੀ ਹੈ ਪਲੋਟਰ ਪ੍ਰਿੰਟਰ ਵੱਲੋਂ ਪ੍ਰਿੰਟਰ ਨਾਲ ਵੱਖਰਾ ਹੁੰਦਾ ਹੈ क्योंकि ये पेन की तरह पेन की वरतों करके लाइना खींचता है जिसके नतीजे वजो ये लगातार लाइना पैदा करता है जबकि प्रिंटर बिंदिया के मेल लाइना छापते हैं उस तो बाद वे उत्तर वाले प्रश्न जिस भी साढ़े कोश्न है मोनीटर इस दस्म बारे लिखो सो मोनीटर साफ्ट सॉफ्ट आउटपुट यंत्र है यह टेलीविजन की तरह दिखता है और आउटपुट निक्रीन उपर दिखा है ਮੋਨੀਟਰ ਦੀਆਂ ਆਮ ਤੌਰ ਤੇ ਦੋ ਕਿਸਮਾਂ ਹੁੰਦੀਆਂ ਹਨ ਜਿਸ ਵਿੱਚ ਪਹਿਲੀ ਹੈ ਕੈਥੋਡ ਰੇਟਿਊ ਕੈਥੋਡ ਰੇਟਿਊ ਮੋਨੀਟਰ ਦਾ ਆਕਾਰ ਵਿਕਰਣ ਲੰਬਾਈ ਦੇ ਰੂਪ ਵਿੱਚ ਮਾਪਿਆ ਜਾਂਦਾ ਹੈ ਇਹ ਟੈਲੀਵਿਜ਼ਨ ਦੀ ਤਰ੍ਹਾਂ ਦਿਖਦੇ ਹਨ ਇਹਨਾਂ ਵਿੱਚ ਕੈਥੋਡ ਰੇਟਿਊ ਦਾ ਇਸਤੇਮਾਲ ਹੁੰਦਾ ਹੈ ਇਹਨਾਂ ਵਿੱਚ ਬਿਜਲੀ ਦੀ ਖਪਤ ਜ਼ਿਆਦਾ ਹੁੰਦੀ ਹੈ ਤੇ ਜ਼ਿਆਦਾ ਗਰਮੀ ਪੈਦਾ ਕਰਦੇ ਹਨ ਦੂਸਰਾ ਸਾਡੇ ਕੋਲ ਹੈ ਫਲੈਟ ਪੈਨਲ ਡਿਸਪਲੇ ਇਹ ਸੀਆਰਟੀ ਦੇ ਮੁਕਾਬਲੇ ਘੱਟ ਭਾਰੀ ਹੁੰਦੇ ਹਨ ਇਹਨਾਂ ਨੂੰ ਦੀਵਾਰ ਤੇ ਵੀ ਲਗਾਇਆ ਜਾ ਸਕਦਾ ਹੈ ਲਗਾਇਆ ਜਾ ਸਕਦਾ ਹੈ ਇਨਾਂ ਇਨਾਂ ਵਿੱਚ ਬਿਜਲੀ ਦੇ ਖਪਲ ਖਵਤ ਘੱਟ ਹੁੰਦੀ ਹੈ ਐਲ ਸੀ ਡੀ ਐਲ ای ਡੀ ਪਲਾਜ਼ਮਾ ਆਦਿ ਇਨਾਂ ਦੀਆਂ ਕੁਝ ਉਦਾਹਰਨਾਂ ਹਨ ਅੱਗੇ ਸਾਡੇ ਕੋਲ ਦੂਸਰਾ ਪ੍ਰਸ਼ਨ ਹੈ ਪ੍ਰਿੰਟਰ ਕੀ ਹੁੰਦਾ ਹੈ ਤਿੰਨ ਤਰ੍ਹਾਂ ਦੇ ਵੱਖ-ਵੱਖ ਪ੍ਰਿੰਟਰਾਂ ਬਾਰੇ ਦੱਸੋ ਸੋ ਪ੍ਰਿੰਟਰ ਇੱਕ ਹਾਰਡ ਆਊਟਪੁੱਟ ਯੰਤਰ ਹੈ ਇਹ ਆਊਟਪੁੱਟ ਨੂੰ ਕਾਗਜ਼ ਉੱਪਰ ਛਾਪਦਾ ਹੈ ਇਸ ਦੀਆਂ ਸਾਡੇ ਕੋਲ ਤਿੰਨ ਕਿਸਮਾਂ ਨੇ ਪਹਿਲੀ ਡਾਟ ਮੈਟ੍ਰਿਕਸ ਪ੍ਰਿੰਟਰ ਇਹ ਬਿੰਦੀਆਂ ਦੇ ਮੇਲ ਦੇ ਨਾਲ ਕਾਗਜ਼ ਉੱਪਰ ਪ੍ਰਿੰਟ ਕਰਦੇ ਹਨ ਦੂਸਰਾ ਇਨਕ ਜੈਟ ਪ੍ਰਿੰਟਰ ਇਸसे imageHeight ਨੂੰ ਮਦਨ ਨਾਲ ਛਿੜਕਾ ਕਰਦੇ ਹੋਏ ਪ੍ਰਿੰਟ ਕਰਦੇ ਹਨ ਤੀਸਰਾ ਹੈ लेजर प्रिंटर ਇਹ लेजर बीएमटी ਵਰਤਨ ਨਾਲ ਪ੍ਰਿੰਟ ਕਰਦੇ ਹਨ ਅੱਗੇ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ ਸੀआरटी ਅਤੇ ਫਲੈਟ ਪੈਨਲ ডিসਪਲੇ ਵਿੱਚ ਅੰਤਰ ਦੱਸੋ ਇਸ ਲਈ ਸਾਡੇ ਕੋਲ ਪਹਿਲਾ ਅੰਤਰ ਹੈ ਸੀआरटी ਆਕਾਰ ਵਿੱਚ ਵੱਡੇ ਹੁੰਦੇ ਹਨ ਜਦਕਿ ਫਲੈਟ ਪੈਨਲ ডিসਪਲੇ ਆਕਾਰ ਵਿੱਚ ਵੱਡੇ ਹੁੰਦੇ ਹਨ ਦੂਸਰਾ ਅੰਤਰ ਹੈ ਸੀआरटी ਵਿੱਚ ਬਿਜਲੀ ਦੀ ਖਪਤ ਜ਼ਿਆਦਾ ਹੁੰਦੀ ਹੈ ਜਦਕਿ ਫਲੈਟ ਪੈਨਲ ডিসਪਲੇ ਵਿੱਚ ਬਿਜਲੀ ਦੀ ਖਪਤ ਘੱਟ ਹੁੰਦੀ ਹੈ ਤੀਸਰਾ ਅੰਤਰ ਹੈ ਕਿ CRT ਜ਼ਿਆਦਾ ਗਰਮੀ ਪੈਦਾ ਕਰਦੇ ਹਨ ਜਦਕਿ ਫਲੈਟ ਪੈਨਲ ਡਿਸਪਲੇ ਘੱਟ ਗਰਮੀ ਪੈਦਾ ਕਰਦੇ ਹਨ ਚੌਥਾ ਅੰਤਰ ਹੈ CRT ਦੀ ਮਟਾਈ ਜ਼ਿਆਦਾ ਹੁੰਦੀ ਹੈ ਜਦਕਿ ਫਲੈਟ ਪੈਨਲ ਡਿਸਪਲੇ ਦੀ ਮਟਾਈ ਘੱਟ ਹੁੰਦੀ ਹੈ ਪੰਜਵਾਂ ਅੰਤਰ ਹੈ CRT ਨੂੰ ਦੀਵਾਰ ਤੇ ਨਹੀਂ ਲਗਾਇਆ ਜਾ ਸਕਦਾ ਜਦਕਿ ਫਲੈਟ ਪੈਨਲ ਡਿਸਪਲੇ ਨੂੰ ਦੀਵਾਰ ਤੇ ਵੀ ਲਗਾਇਆ ਜਾ ਸਕਦਾ ਹੈ ਅੱਗੇ ਸਾਡੇ ਕੋਲ ਪਾਰਟ ਨੰਬਰ 9 ਦੀ ਦੁਹਰਾਈ ਹੈ ਜਿਸ ਵਿੱਚ ਸਾਡੇ ਕੋ ਪਹਿਲੀ ਖੜੇ ਤਾਂ ਹੈ ਕੰਟਰੋਲ ਪਲੱਸ S ਡੈਸ਼ ਕਰਨ ਲਈ ਵਰਤੇ ਜਾਂਦਾ ਹੈ ਸਾਡੇ ਕੋਲ ਜਿਹੜੇ অপਸ਼ਨ ਹੈ ਸੇਵ, ওপেন, ਨਿਊ ਜਾਂ ক্লোਜ਼। ਸੋ ਕੰਟਰੋਲ ਪਲੱਸ এস ਕੀ ਜੀ ਵਰਤੋ ਸੇਵ ਕਰਨ ਲਈ ਕੀਤੀ ਜਾਂਦੀ ਹੈ। ਦੂਸਰਾ ਇਹ ਰੂਲਰ ਦੇ ਹੇਠਲੇ ਪਾਸੇ ਵਾਲੀ ਵੱਡੀ ਥਾਂ ਨੂੰ ਡੈਸ਼ ਕਿਹਾ ਜਾਂਦਾ ਹੈ। ਤੇ ਪਹਿਲਾ ਇਹ ਟੈਕਸਟ ਏਰੀਆ, ਦੂਸਰਾ ਇਹ ਓਪਨ ਏਰੀਆ, ਤੀਸਰਾ ਇਹ ক্লোਜ਼ ਏਰੀਆ, ਲਾਸਟ ਹੈ ਪ੍ਰੋਗ੍ਰਸ ਤੇ ਸਾਰੇ। ਸਾਡੇ ਕੋਲ ਸਹੀ ਉੱਤਰ ਹੈ ਰੂਲਰ ਦੇ ਹੇਠਲੇ ਪਾਸੇ ਵਾਲੀ ਵੱਡੀ ਥਾਂ ਨੂੰ ਨੈਕਸਟ ਏਰੀਆ ਕਿਹਾ ਜਾਂਦਾ ਹੈ। ਤੀਸਰੀ ਖਾਲੀ ਥਾਂ ਵਰਡ ਡਾਕੂਮੈਂਟ ਵਿੱਚ ਦੋ ਸਕਰੋਲ ਬਾਰ ਹੁੰਦੇ ਹਨ ਡੈਸ਼ ਅਤੇ ਡੈਸ਼ ਸਾਡੇ ਕੋਲ ਜਿਹਾ অপਸ਼ਨ ਹੈ ਹਰੀਜ਼ਨਟਲ ਵਰਟੀਕਲ ਲੈਫਟ ਰਾਈਟ ਅਪਰ ਲੋਅਰ ਜਾਂ ਕੋਈ ਵੀ ਨਹੀਂ ਸੋ ਵਰਡ ਡਾਕੂਮੈਂਟ ਵਿੱਚ ਦੋ ਸਕਰੋਲ ਬਾਰ ਹੁੰਦੇ ਹਨ ਜੋ ਕਿ ਸਾਡੇ ਕੋਲ ਨੇ ਹਰੀਜ਼ਨਟਲ ਅਤੇ ਵਰਟੀਕਲ ਉਸ ਤੋਂ ਬਾਅਦ ਸਾਡੇ ਕੋਲ ਚੌਥੀ ਖਾਲੀ ਥਾਂ ਹੈ ਨਵੀਂ ਡਾਕੂਮੈਂਟ ਫਾਈਲ ਖੋਲਣ ਲਈ ਕੀਬੋਰਡ ਤੋਂ ਡੈਸ਼ ਕੀ ਦਬਾਈਆਂ ਜਾਂਦੀਆਂ ਹਨ ਸਹੀ ਕਿਹਦੇ ਆਪਸ਼ਨ ਹੈ ਕੰਟਰੋਲ ਪਲਸ O ਦੂਸਰਾ ਹੈ ਕੰਟਰੋਲ ਪਲਸ N ਤੀਸਰਾ ਹੈ ਕੰਟਰੋਲ ਪਲਸ S ਚੌਥਾ ਹੈ ਕੰਟਰੋਲ ਪਲਸ V ਤੁਹਾਡਾ ਸਹੀ ਉੱਤਰ ਹੈ ਨਵੀਂ ਡਾਕ ਨਵੀਂ ਡਾਕੂਮੈਂਟ ਫਾਈਲ ਖੋਲਣ ਲਈ ਕੀਬੋਰਡ ਤੋਂ ਕੰਟਰੋਲ ਪਲਸ N ਕੀਜ਼ ਦਬਾਈਆਂ ਜਾਂਦੀਆਂ ਹਨ ਪੰਜਵੀਂ ਕਾਲੇ ਸਾਹ ਡੈਸ਼ 뷰 ਡਾਕੂਮੈਂਟ ਨੂੰ ਉਸ ਤਰ੍ਹਾਂ ਦਿਖਾਉਂਦਾ ਹੈ ਜਿਵੇਂ ਇੱਕ ਡਾਕੂਮੈਂਟ ਪ੍ਰਿੰਟ ਕਰਨ ਸਮੇਂ ਨਜ਼ਰ ਆਉਂਦਾ ਹੈ ਤੁਹਾਡੇ ਕੋਲ ਜੋ ਆਪਸ਼ਨ ਹੈ ਪ੍ਰਿੰਟ ਲੇਆਉਟ ਦੂਸਰਾ ਡਰਾਫਟ ਤੀਸਰਾ ਹੈ ਆਊਟਲਾਈਨ ਚੌਥਾ ਹੈ ਫੁੱਲ ਸਕ੍ਰੀਨ ਸਾਡੇ ਕੋਲ ਸਹੀ ਉੱਤਰ ਹੈ ਪ੍ਰਿੰਟ ਲੇਆਉਟ 뷰 ਡਾਕੂਮੈਂਟ ਨੂੰ ਉਸ ਤਰ੍ਹਾਂ ਦਿਖਾਉਂਦਾ ਹੈ ਜਿਵੇਂ ਕਿ ਡਾਕੂਮੈਂਟ ਪ੍ਰਿੰਟ ਕਰਨ ਸਮੇਂ ਨਜ਼ਰ ਆਉਂਦਾ ਹੈ ਅੱਗੇ ਸਾਡੇ ਕੋਲ ਸਹੀ ਗਲਤ ਦੱਸੋ ਇਸ ਵੀ ਸਾਡੇ ਕੋਲ ਪਹਿਲਾ ਸਹੀ ਗਲਤ ਹੈ ਡਾਇਲ ਬਾਕਸ ਲਾਂਚਰ ਹਰ ਇੱਕ ਗਰੁੱਪ ਦੇ ਹੇਠਲੇ ਸੱਜੇ ਕੋਨੇ ਵਿੱਚ ਮੌਜੂਦ ਹੁੰਦਾ ਹੈ ਸਹੀ ਦੂਸਰਾ ਹੈ ਨੋਟਪੈਡ ਇੱਕ ਸਧਾਰਨ ਟੈਕਸਟ ਐਡੀਟਰ ਹੈ ਜਿਸ ਨਾਲ ਅਸੀਂ ਸਧਾਰਨ ਟੈਕਸਟ ਡਾਕੂਮੈਂਟ ਤਿਆਰ ਕਰ ਸਕਦੇ ਹਾਂ ਸਹੀ ਤੀਸਰਾ ਟਾਈਟਲ ਬਾਰ ਵਰਡ ਦੀ ਵਿੰਡੋ ਦੀ ਸਭ ਤੋਂ ਹੇਠਲੀ ਬਾਰ ਹੁੰਦੀ ਹੈ ਸਹੀ ਚੌਥਾ ਹੈ ਆਊਟਲਾਈਨ 뷰 ਡਾਕੂਮੈਂਟ ਨੂੰ ਆਊਟਲਾਈਨ ਫਾਰਮ ਵਿੱਚ ਦਰਸਾਉਂਦਾ ਹੈ ਸਹੀ ਉਸ ਤੋਂ ਬਾਅਦ ਸਾਡੇ ਕੋਲ ਛੋਟੇ ਉੱਤਰ ਲਈ ਪ੍ਰਸ਼ਨ ਪੰਨਾ ਪ੍ਰਸ਼ਨ ਹੈ ਨੋਟਪੈਡ ਨੂੰ ਕਿਵੇਂ ਸ਼ੁਰੂ ਕੀਤਾ ਜਾਂਦਾ ਹੈ ਸਾਡੇ ਕੋਲ ਜਵਾਬ ਹੈ ਨੋਟਪੈਡ ਸ਼ੁਰੂ ਕਰਨ ਦੇ ਸਾਡੇ ਕੋਲ ਦੋ ਤਰੀਕੇ ਨੇ ਪਹਿਲਾ ਤਰੀਕਾ ਹੈ ਸਟਾਰਟ ਬਟਨ ਤੇ ਕਲਿੱਕ ਕਰੋ ਆਲ ਪ੍ਰੋਗਰਾਮ ਤੇ ਕਲਿੱਕ ਕਰੋ ਐਕਸੈਸਰੀ ਐਕਸੈਸਰੀ ਅੰਦਰ ਨੋਟਪੈਡ ਦੀ ਚੋਣ ਕਰੋ ਦੂਸਰਾ ਤਰੀਕਾ ਹੈ ਸਰਚ ਬਾਰ ਵਿੱਚੋਂ ਨੋਟਪੈਡ ਟਾਈਪ ਕਰੋ ਅਤੇ ਕੀਬੋਰਡ ਤੋਂ ਐਂਟਰ ਕੀ ਦਬਾਓ ਇਸ ਤਰ੍ਹਾਂ ਨਾਲ ਨੋਟਪੈਡ ਦੀ ਜਿਹੜੀ ਐਪਲੀਕੇਸ਼ਨ ਓਪਨ ਹੋ ਜਾਵੇਗੀ ਦੂਸਰਾ ਸਾਡੇ ਕੋਲ ਪ੍ਰੈਸ਼ਨ ਹੈ ਵਰਡ ਵਰਡ ਪੈਡ ਵਿੰਡੋ ਦੇ ਭਾਗਾਂ ਦੀ ਸੂਚੀ ਬਣਾਓ ਸੋ ਵਰਡ ਪੈਡ ਵਿੰਡੋ ਦੇ ਭਾਗ ਹੇਠ ਲਿਖਣ ਸਾਰ ਹਾਂ ਜਿਸ ਵਿੱਚ ਪਹਿਲਾ ਹੈ ਵਰਡ ਪੈਡ ਬਟਨ ਦੂਸਰਾ ਕੁਇਕ ਐਕਸੈਸ ਟੂਲ ਬਾਰ ਤੀਸਰਾ ਟੈਬ ਚੌਥਾ ਟਾਈਟਲ bar ਪੰਜਵਾਂ ਰੀਬਨ ਛੇਵਾਂ ਰੂਲਰ ਸਤਵਾਂ ਟੈਕਸਟ ਏਰੀਆ ਅਠਵਾਂ ਸਟੇਟਸ bar ਤੀਸਰਾ ਪ੍ਰਸ਼ਨ ਹੈ ਡਾਇਲੌਗ ਬਾਕਸ ਲਾਂਚਰ ਨੂੰ ਬਿਆਨ ਕਰੋ ਇਹ ਆਪਸ਼ਨ ਰੀਬਨ ਵਿੱਚ ਹਰੇਕ ਗਰੁੱਪ ਦੇ ਹੇਠਲੇ ਸੱਜੇ ਕੋਨੇ ਵਿੱਚ ਮੌਜੂਦ ਹੁੰਦਾ ਹੈ ਇਸ ਆਪਸ਼ਨ ਤੇ ਕਲਿੱਕ ਕਰਨ ਨਾਲ ਉਸ ਗਰੁੱਪ ਨਾਲ ਸੰਬੰਧਿਤ ਕਮਾਂਡਾ ਦਾ ਡਾਇਲੌਗ ਬਾਕਸ ਖੁੱਲਦਾ ਹੈ ਅਤੇ ਇਸ ਆਪਸ਼ਨ ਰਾਹੀਂ ਅਸੀਂ ਹੋਰ ਸੰਬੰਧਿਤ ਕਮਾਂਡਾ ਤੱਕ ਪਹੁੰਚ ਸਕਦੇ ਹਾਂ ਚੌਥਾ ਪ੍ਰਸ਼ਨ ਹੈ ਟੈਕਸਟ ਏਰੀਆ ਨੂੰ ਬਿਆਨ ਕਰੋ ਸੋ ਰੂਲਰ ਦੇ ਹੇਠਲੇ ਪਾਸੇ ਵੱਡੇ ਖੇਤਰ ਨੂੰ ਟੈਕਸਟ ਏਰੀਆ ਕਿਹਾ ਜਾਂਦਾ ਹੈ ਅਸੀਂ ਆਪਣਾ ਡਾਕੂਮੈਂਟ ਇਸ ਟੈਕਸਟ ਏਰੀਆ ਵਿੱਚ ਟਾਈਪ ਕਰ ਸਕਦੇ ਹਾਂ ਉੱਪਰਲੇ ਖੱਬੇ ਕੋਨੇ ਵਿੱਚ ਟਿਮਟਿਮਾਉਂਦੀ ਖੜਵੀ ਲਾਈਨ ਨੂੰ ਕਰਸਰ ਕਿਹਾ ਜਾਂਦਾ ਹੈ ਇਹ ਇਨਸਰਸ਼ਨ ਪੁਆਇੰਟ ਜਿੱਥੇ ਟੈਕਸਟ ਲਿਖਣਾ ਹੈ ਨੂੰ ਦਰਸਾਉਂਦੀ ਹੈ ਅੱਗੇ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ ਸਟੇਟਸ bar ਕੀ ਹੁੰਦੀ ਹੈ MS Word ਵਿੰਡੋ ਵਿੱਚ ਸਟੇਟਸ bar ਹੇਠਲੇ ਪਾਸੇ ਮੌਜੂਦ ਹੁੰਦੀ ਹੈ ਇਹ ਵਾਰ ਵਰਡ ਡਾਕੂਮੈਂਟ ਵਾਰੇ ਮਹੱਤਵਪੂਰਨ ਸੂਚਨਾ ਪ੍ਰਦਾਨ ਕਰਦੀ ਹੈ ਜਿਵੇਂ ਕਿ ਪੇਜ ਨੰਬਰ ਸ਼ਬਦਾ ਦੀ ਗਿਣਤੀ ਆਦਿ ਇਸ ਤੋਂ ਇਲਾਵਾ ਡਾਕੂਮੈਂਟ ਵਿਊਜ਼ ਅਤੇ ਜ਼ੂਮ ਇਨ ਜਾਂ ਜ਼ੂਮ ਆਊਟ ਨਾਲ ਸੰਬੰਧਤ ਸੂਚਨਾ ਵੀ ਇਸ ਵਾਰ ਉਪਰ ਉਪਲਬਧ ਹੁੰਦੀ ਹੈ ਉਸ ਤੋਂ ਬਾਅਦ ਸਾਡੇ ਕੋਲ ਵੱਡੇ ਉੱਤਰ ਵਾਲੇ ਪ੍ਰਸ਼ਨ MS ਵਰਡ ਦੀਆਂ ਖਾਸ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ਸੋ MS ਵਰਡ ਦੀਆਂ ਖਾਸ ਵਿਸ਼ੇਸ਼ਤਾਵਾਂ ਦਾ ਵਰਣਨ ਇਸ ਪ੍ਰਕਾਰ ਹੈ ਇਸ ਵਿੱਚ ਪਹਿਲੀ ਹੈ ਇਸ ਵਿੱਚ ਲਿਖੇ ਟੈਕਸਟ ਵਿੱਚ ਬਦਲਾਅ ਕਰਨਾ ਆਸਾਨ ਹੁੰਦਾ ਹੈ ਇਸ ਵਿੱਚ ਅਸੀਂ ਆਪਣੀ ਜ਼ਰੂਰਤ ਅਨੁਸਾਰ ਪੇਜ ਦਾ ਸਾਈਜ਼ ਅਤੇ ਮਾਰਜਨ ਆਦਿ ਸੈੱਟ ਕਰ ਸਕਦੇ ਹਾਂ ਤੀਸਰਾ ਹੈ ਇਸ ਵਿੱਚ ਕਿਸੇ ਸ਼ਬਦ ਨੂੰ ਆਸਾਨੀ ਨਾਲ ਲੱਭਿਆ ਜਾ ਸਕਦਾ ਹੈ ਚੌਥਾ ਹੈ ਇਸ ਵਿੱਚ ਅਸੀਂ ਹਰ ਪੇਜ ਉੱਪਰ ਆਸਾਨੀ ਨਾਲ ਹੈਡਰ ਅਤੇ ਫੁੱਟਰ ਲਗਾ ਸਕਦੇ ਹਾਂ ਪੰਜਵਾਂ ਪੁਆਇੰਟ ਇਹ ਸਾਨੂੰ ਸਪੈਲਿੰਗ ਅਤੇ ਗ੍ਰਾਮਰ ਚੈੱਕ ਕਰਨ ਦੀ ਸਹੂਲਤ ਵੀ ਪ੍ਰਦਾਨ ਕਰਦਾ ਹੈ ਛੇਵਾਂ ਪੁਆਇੰਟ ਇਸ ਵਿੱਚ ਵੱਖ-ਵੱਖ ਡਿਜ਼ਾਈਨਾਂ ਦੇ ਫੌਂਟ ਅਤੇ ਭਾਸ਼ਾਵਾਂ ਵਿੱਚ ਟਾਈਪ ਕਰ ਸਕਦੇ ਹਾਂ ਅਤਿਮਾ ਪੁਆਇੰਟ ਇਸ ਵਿੱਚ ਮੇਲ ਮਰਜ ਆਪਸ਼ਨ ਨਾਲ ਵੱਖ-ਵੱਖ ਪਤੇ ਉੱਪਰ ਪੇ ਜੀਨ ਭੇਜਣ ਵਾਲੀ ਡਾਕੂਮੈਂਟ ਆਸਾਨੀ ਨਾਲ ਤਿਆਰ ਕਰ ਸਕਦੇ ਹਨ ਦੂਸਰਾ ਪ੍ਰਸ਼ਨ ਹੈ ਐਮ ਐਸ ਵਰਡ ਵਿੱਚ ਡਾਕੂਮੈਂਟ 뷰 ਬਾਰੇ ਵਿਸਤਾਰ ਨਾਲ ਦੱਸੋ ਸੋ ਐਮ ਐਸ ਵਰਡ ਵਿੱਚ ਡਾਕੂਮੈਂਟ 뷰 ਕਰਨ ਦੇ ਪੰਜ ਤਰੀਕੇ ਹਨ ਜਿਸ ਵਿੱਚ ਪਹਿਲਾ ਤਰੀਕਾ ਹੈ ਪ੍ਰਿੰਟ ਲੇਆਉਟ 뷰 ਇਹ ਡਾਕੂਮੈਂਟ ਨੂੰ ਉਸੇ ਤਰ੍ਹਾਂ ਦਿਖਾਉਂਦਾ ਜਿਸ ਤਰ੍ਹਾਂ ਉਹ ਪ੍ਰਿੰਟ ਕੀਤਾ ਜਾ ਸਕਦਾ ਹੈ ਦੂਸਰਾ ਹੈ ਫੁੱਲ ਸਕਰੀਨ ਲੇਆਉਟ 뷰 ਇਹ 뷰 ਡਾਕੂਮੈਂਟ ਨੂੰ ਆਸਾਨੀ ਨਾਲ ਪੜਨ ਯੋਗ ਬਣਾਉਂਦਾ ਹੈ। ਤੀਸਰਾ ਹੈ ਵੈਬ ਲੇਆਉਟ 뷰 ਇਹ ਡਾਕੂਮੈਂਟ ਨੂੰ ਵੈਬ ਬ੍ਰਾਊਜ਼ਰ ਵਿੱਚ ਦੇਖਣ ਯੋਗ ਬਣਾਉਂਦਾ ਹੈ। ਚੌਥਾ ਹੈ ਆਊਟਲਾਈਨ 뷰 ਇਹ ਡਾਕੂਮੈਂਟ ਨੂੰ ਆਊਟਲਾਈਨ ਫਾਰਮ ਵਿੱਚ ਦਿਖਾਉਂਦਾ ਹੈ। ਪੰਜਵਾਂ ਹੈ ਡਰਾਫਟ 뷰 ਇਸ 뷰 ਵਿੱਚ ਡਾਕੂਮੈਂਟ ਵਿੱਚ ਆਸਾਨੀ ਨਾਲ ਤਬਦੀਲੀ ਕੀਤੀ ਜਾ ਸਕਦੀ ਹੈ। ਤੀਸਰਾ ਪ੍ਰਸ਼ਨ ਹੈ MS Word ਵਿੱਚ ਫਾਈਲ ਕਿਵੇਂ ਬਣਾਈ ਤੇ ਸੇਵ ਕੀਤੀ ਜਾਂਦੀ ਹੈ? ਸੋ ਐਮ ਐਸ ਵਰਡ ਵਿੱਚ ਨਵੀਂ ਫਾਈਲ ਬਣਾਉਣ ਦਾ ਤਰੀਕਾ ਹੈ। ਠੀਕ ਹੈ। ਅਨੁਸਾਰ ਜਿਵੇਂ ਪਹਿਲਾਂ ਇਹ ਫਾਈਲ ਮੀਨੂ ਵਿੱਚ ਨਿਊ অপਸ਼ਨ ਤੇ ਕਲਿੱਕ ਕਰੋ। ਬਲੈਂਕ ਡਾਕੂਮੈਂਟ অপਸ਼ਨ ਤੇ ਕਲਿੱਕ ਕਰੋ। ਕ੍ਰੀਏਟ ਬਟਨ ਤੇ ਕਲਿੱਕ ਕਰੋ। ਇਸ ਤਰ੍ਹਾਂ ਮਾਂ ਨਵੀਂ ੜੀ ਫਾਈਲ ਖੁੱਲ ਜਾਵੇਗੀ। ਦੂਸਰਾ ਤਰੀਕਾ ਹੈ ਐਮ ਐਸ ਵਰਡ ਵਿੱਚ ਫਾਈਲ ਨੂੰ ਸੇਵ ਕਰਨ ਦਾ ਤਰੀਕਾ। ਉਸਦੇ ਲਈ ਸਭ ਤੋਂ ਪਹਿਲਾਂ ਫਾਈਲ ਮੀਨੂ ਵਿੱਚ ਸੇਵ অপਸ਼ਨ ਤੇ ਕਲਿੱਕ ਕਰੋ। ਇੱਕ ਸੇਵ ਐਸ ਡਾਇਲੋਗ ਬਾਕਸ ਮੱਝਾ ਆਵੇਗਾ। ਉਸ ਵਿੱਚ ਫਾਈਲ ਦਾ ਨਾਮ ਟਾਈ ਕਰੋ। ਅਤੇ ਸੇਵ ਬਟਨ ਤੇ ਕਲਿੱਕ ਕਰੋ ਇਸ ਤਰ੍ਹਾਂ ਨਾਲ ਤੁਹਾਡੀ ਫਾਈਲ ਜਿਹੜੀ ਉਹ ਸੇਵ ਹੋ ਜਾਵੇਗੀ ਸੋ ਬੱਚੋ ਜੇਕਰ ਤੁਹਾਨੂੰ ਵੀ ਵੀਡੀਓ ਵਧੀਆ ਲੱਗੀ ਤਾਂ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ